ਇਸ ਯਹੀ ਉਹ ਮਨਪ੍ਰੀਤ ਬਾਦਲ ਨਹੀਂ ਜਿਹੜਾ ਕਹਿ ਕੇ ਕਿ ਭਗਵੰਤਾ ਹੁਣ ਕੋਈ ਤਰਖੀ ਨਾ ਗਲਤ ਮਿਲਾਲ ਵਾ ਤੂੰ ਪਿਓ ਦਾ ਤੇ ਉਹਦੇ ਸਾਹਮਣੇ ਪੇਸ਼ ਹੋ ਕਹੇ ਮੈਂ ਇੱਥੇ ਖੜਾਈ ਜੇ ਗੁਰਦਾਸ ਬਾਦਲ ਦਾ ਤੇ ਆ ਉੱਥੇ ਕਹੇ ਉਹਨੂੰ ਕਿਹਾ ਮੈਂ ਖੜਾਈ ਤੇਰੀ ਜੁਰਤ ਹੈਗੀ ਤੇ ਮੈਨੂੰ ਅਰੈਸਟ ਕਰ ਕੀ ਗੱਲ ਇਹਦਾ ਦੌੜ ਕੇ ਬਚਾਂਗੇ ਕਿਸੇ ਨੂੰ ਕੋਈ ਡਰ ਨਹੀਂ ਕੋਈ ਪਰਵਾਹ ਨਹੀਂ ਇਹ ਇੱਕ ਅਦਾ ਦੇਣੀ ਹੁੰਦਾ ਡਰ ਕੇ ਉੱਥੇ ਜਾਵਾਂਗੇ ਉੱਥੇ ਹੋ ਜੂ ਆ ਕੀ ਆ ਉਹਨੂੰ ਕੀਤਾ ਉਹਦੇ ਨਾਲ ਸੁਖਪਾਲ ਖੈਰੇ ਦੇ ਨਾਲ ਖੜੇ ਹੋਵੋ ਸਾਰੇ ਇਹ ਬੇਈਮਾਨਾਂ ਦੀ ਸਰਕਾਰ ਇਹ ਆਪ ਨਸ਼ੇ ਵੇਚਣ ਵਾਲੇ ਦੀ ਸਰਕਾਰ ਇਹ ਸਭ ਤੋਂ ਵੱਡੀ ਚੋਰਾਂ ਦੀ ਸਰਕਾਰ ਅੱਜ ਇਹ ਸਭ ਤੋਂ ਵੱਧ ਕਰਪਸ਼ਨ ਆ ਤੇ ਇਹ ਸਰਕਾਰ ਦੀ ਕਰਪਸ਼ਨ ਆ ਲੋਕ ਜਦੋਂ ਬੋਲਦੇ ਸਟੇਜਾਂ ਤੇ ਤੇ ਆ ਕੇ ਗੱਲ ਕਰੇ ਹਾਂ ਭੇਜਿਆ ਫਿਰ ਅਫਸਰਾਂ ਨੂੰ ਕਿ ਆਪ ਬੰਦਾ ਸਟੇਜ ਤੇ ਬੋਲਿਆ ਨੂੰ ਕਿ ਆ ਕਿ ਜਦ ਪ੍ਰੂਫ ਕਰ ਤੇ ਜਦ ਤੈਨੂੰ ਅਰੈਸਟ ਕਰਾਂਗੇ ਅਸੀਂ ਪ੍ਰੂਫ ਕਰਾਂਗੇ ਇਹਦੇ ਆਫੀਸਰ ਕਿੱਥੋਂ ਕਿੱਥੋਂ ਪੈਸੇ ਲੈਂਦੇ ਤੇ ਕਿੱਥੇ ਕਿੱਥੇ ਨਸ਼ਾ ਵੇਚਦਾ ਓਏ ਐਸਐਸਪੀ ਨੂੰ ਤੇ ਥੱਲੇ ਥਾਣੇਦਾਰ ਹੀ ਨਹੀਂ ਪੁੱਛਦੇ ਇਹਨਾਂ ਦੇ ਸੁਣਦਾ ਹੀ ਕੋਈ ਨਹੀਂ ਤੇ ਡੀਜੀਪੀ ਤੇ ਪਹਿਲਾਂ ਜਿਹੜਾ ਆਕਿਆ ਉਹਦਾ ਇੱਕ ਹੱਥ ਆਪਣੀ ਟੋਪੀ ਤੇ ਹੁੰਦਾ ਤੇ ਇੱਕ ਉਹਦਾ ਕੁਰਸੀ ਤੇ ਹੁੰਦਾ ਕਿ ਜੇ ਮੈਂ ਕੁਝ ਕਰਤੇ ਨੇ ਹੁਣੇ ਖਿੱਚ ਕੇ ਪਿੱਛੇ ਨੂੰ ਲੈ ਜਾਣੀ ਹੈ ਬੜਵਈਓ ਤੁਸੀਂ ਮਾਂਝਾ ਬੜਾ ਕਾਂਗਰਸ ਨੂੰ ਫੇਰਿਆ ਨਾ ਨਾ ਤੂੰ ਕੱਲਾ ਹੀ ਬਚਿਆ ਨਾ ਨਾ ਮੈਂ ਵਾਪਸ ਨਹੀਂ ਆਇਆ ਤੂੰ ਕੱਲਾ ਬਚਿਆ ਜੋ ਤੁਰੇ ਹੋ ਤੁਸੀਂ ਚੰਡੀਗੜ੍ਹ ਤੱਕ ਝਾੜੂ ਹੀ ਫੇਰਦੇ ਗਏ ਹੋ ਤੇ ਹੁਣ ਇਦਾਂ ਹੀ ਕਰਦੇ ਜਾਓ ਚੰਡੀਗੜ੍ਹੋਂ ਸ਼ੁਰੂ ਕਰੋ ਤੇ ਅਖੀਰ ਤੱਕ ਝਾੜੂ ਫੇਰਦੇ ਲੈ ਜਾਓ ਨਾ ਦਾ ਇੱਕ 92 ਜੋ ਇੱਕ ਬੰਦਾ ਨਾ ਜਤਨ ਦਿਓ ਆਪ ਸਰਦਾਰ ਮਲਵਾਏ ਮਾਲਵੇ ਜੀ ਵਾਹ ਮਾਝਾ ਲੈਣ ਦਿੱਤੀ ਨਹੀਂ ਕੋਈ ਆ ਪੁੱਛ ਲੋ ਭਾਵੇਂ ਆਪਣੇ ਮੁਕਸਰ ਜਿਹੜੇ ਮੈਂ ਮੈਂ ਤੁਹਾਡੀ ਇੱਕ ਮਿੰਟ ਸੁਣ ਲੈ ਮੈਂ ਤੁਹਾਡੀ ਇੱਜ਼ਤ ਰੱਖੀ ਆ ਇੱਜ਼ਤ ਨਹੀਂ ਭਾਈ ਜੇ ਮੈਂ ਜੇ ਤੁਹਾਡੇ ਵਰਗਾ ਹੁੰਦਾ ਤੇ ਮੈਂ ਆਪਣੇ ਸਹਰੇ ਜਾਣ ਚੱਕ ਵੀ ਨਹੀਂ ਸੀ ਰਹਿਣਾ ਮੈਨੂੰ ਮਲਵਈਆਂ ਕਹਿੰਨੇ ਪਾਉ ਹਾਰ ਕੇ ਆ ਗਿਆ ਓਏ ਤਾੜੀ ਨਾ ਮਾਰੋ ਜਦੋਂ ਮਲਵਈ ਉਹ ਨਹੀਂ ਨਹੀਂ ਇਹ ਤਾੜੀ ਤੇ ਹੁਣ ਭਗਵੰਤ ਦੇ ਵੱਜੂ ਕਦੀ 3 ਸਾਲ 1.5 ਸਾਲ ਦੇ ਵਿੱਚ ਇਦਾਂ ਦੇ ਇਕੱਠ ਨਹੀਂ ਹੁੰਦੇ ਫ੍ਰੀਡ ਕੋਟਵਾਲ ਤੁਹਾਨੂੰ ਮੈਂ ਮੁਬਾਰਕਬਾਦ ਦਿੰਦਾ ਆਜ਼ਾਦੀ ਦੇ ਵਿੱਚ ਵੀ ਤੁਸੀਂ ਸਭ ਤੋਂ ਮੋਰੇ ਹੋ ਕੇ ਚੱਲੇ ਸੀ ਤੇ ਅੱਜ ਵੀ ਆਜ਼ਾਦ ਕਰੋਨਾ ਤੁਸੀਂ ਪੰਜਾਬੀਓ ਤੇ ਇਥੋਂ ਬਠਿੰਡੇ ਵਾਲੇ ਫਰੀਦਕੋਟਿਆਂ ਦੇ ਲੈਣੇ ਬੱਬੂ ਜੀ ਬਰਾੜ ਸਾਹਿਬ ਵੱਡੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡਾ ਇੱਕੋ ਪਰਾ ਚਿੱਟੀ ਪੱਗ ਬਣ ਕੇ ਸਾਡੇ ਨਾਲ ਖਲੋਤਾ ਹੈ ਤੇ ਸਭ ਪੱਗਾ ਪੁਗਾ ਕਰ ਰਹੇ ਨੇ ਇਹਨੇ ਆਪ ਦੀ ਬਾਪ ਦੀ ਪੱਗ ਨੂੰ ਚਿੱਟੀ ਰੱਖਿਆ ਤੇ ਦਲੌਂਤ ਸਾਹਿਬ ਤੁਸੀਂ ਹੁਣੇ ਬੋਲ ਕੇ ਕਿੱਥੇ ਚਲੇਗੇ ਤੇਰਾ ਤੇਰਾ ਯਾਰ ਤੇ ਹੀ ਹੁੰਦਾ ਸੀ ਸਤੋਜ ਇਹਦਾ ਬੜਾ ਯਾਰ ਸੀ ਮੈਂ ਬਤਾਈ ਤੈਨੂੰ ਇਸ ਗੱਲ ਦੀ ਦੇੜੀ ਆ ਕਿ ਮਰਦਾਂ ਵਾਲੀ ਗੱਲ ਕੀਤੀ ਮੈਨੂੰ ਪਤਾ ਇਹਨੂੰ ਕਿਹਾ ਕਿ ਤੂੰ ਆੜ ਕੇ ਮੈਨੂੰ ਇੱਕ ਵਾਰ ਮਿਲ ਜਾ ਤੇ ਮੈਂ ਵੈਸੇ ਹੀ ਮੈਂ ਕਿਹਾ ਵੇਖਦੇ ਕਿੰਕੀ ਕੀ ਕਰਦਾ ਮੈਂ ਕਿਹਾ ਮਿਲਿਆ ਕਹਿੰਦਾ ਕੁਸ਼ਲ ਦੀਪਕ ਤੇ ਲੋਨ ਜਿਹੜਾ ਉਹ ਨਹੀਂ ਮਿਲੂ ਕਹਿੰਦਾ ਜੇਲ੍ਹ ਚ ਜਾਉ ਤੇ ਜਦੋਂ ਟਾਈਮ ਆਇਆ ਤੇ ਕਹਿੰਦਾ ਦੀ ਮੈਂ ਚੀਕਾਂ ਕਢਾ ਦੂੰ ਆਹ ਹੋਣੀ ਚਾਹੀਦੀ ਮਰਦਾਂ ਵਾਲੀ ਗੱਲ ਜਿੰਦਾਬਾਦ ਜਿੰਕੀ ਜਿੰਦਾਬਾਦ ਜਿੰਦਾਬਾਦ ਜਿੰਕੀ ਜਿੰਦਾਬਾਦ ਲੱਗੋ ਮਰਦ ਉਹ ਹੁੰਦਾ ਜਿਹੜਾ ਡਰੇ ਨਾ ਤੇ ਤਲਵੇ ਚੱਟਣ ਵਾਲੇ ਤੇ ਕਈ ਮਿਲ ਜਾਂਦੇ ਨੇ ਮਰਦ ਬਣ ਕੇ ਰੋ ਕੋਈ ਕੁਛ ਨਹੀਂ ਵਿਗਾੜ ਸਕਦਾ ਇਹ ਤੁਸੀਂ ਵੇਖੋ ਇਹਨਾਂ ਦਾ ਬਣਦਾ ਕੀ ਆ ਇਹ 92 ਕਹਿੰਦੇ ਹੋ ਨਾ ਅੱਜ ਹੁਣੇ ਮੈਨੂੰ ਲੱਖਾਂ ਗੱਲ ਕਰਦਾ ਸੀ ਜਿਹੜੇ 92 93 ਆਉਂਦੇ ਹੁੰਦੀਆਂ ਨਾ ਉਹ ਬਾਜਰ ਇੱਕ ਅੱਧਾ ਹੀ ਰਹਿ ਜਾਂਦਾ ਹੁੰਦਾ ਮੈਂ ਦੁਬਾਰਾ ਤੁਹਾਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਦਾ ਭਲੇਖਾ ਲੋਕਾਂ ਚੋਂ ਨਿਕਲ ਗਿਆ ਜਿਹੜੇ ਕਹਿੰਦੇ ਬਦਲਾਅ ਲੈ ਚਾਂਗੇ ਬਦਲਾਅ ਤੇ ਨਹੀਂ ਨਾ ਬਦਲਾ ਵੀ ਨਹੀਂ ਮੈਂ ਕਹੂੰਗਾ ਤੇ ਜਿਹੜੀ ਢਿਲੋ ਸਾਹਿਬ ਤੁਸੀਂ ਇੱਕ ਗੱਲ ਕੀਤੀ ਸਭ ਤੋਂ ਵਧੀਆ ਮੈਨੂੰ ਉਹ ਲੱਗੀ ਆ ਕਿ ਆ ਜਿਹੜੇ ਬੈਠੇ ਨੇ ਨਾ ਜੇ ਇਹਨਾਂ ਨੂੰ ਅਸੀਂ ਭੁੱਲ ਗਏ ਤੇ ਸਾਡੇ ਤੋਂ ਵੱਡਾ ਅਕਿਰਤ ਕੰਨ ਕੋਈ ਨਹੀਂ ਹੋ ਆ ਮੇਰੀਆਂ ਭੈਣਾਂ ਬੈਠੀਆਂ ਨੇ ਮੈਂ ਮੁਬਾਰਕ ਬਾਤ ਦਿੰਨਾ ਕਿ ਜਿੰਨੀ ਤੁਸੀਂ ਤਦਾਦ ਚਾਹੀਆਂ ਜੀ ਤੇ ਜਦੋਂ ਵਰਕਰ ਦੇ ਉੱਤੇ ਜੇ ਹਾਰਦੇ ਆ ਤੇ ਵਰਕਰ ਸੀਨਾ ਤਾਣ ਕੇ ਟੁੱਟਦਾ ਤੇ ਜੇ ਅਸੀਂ ਹਾਰ ਜਾਂਦੇ ਆ ਤੇ ਵਰਕਰ ਕਈ ਕਈ ਦਿਨ ਘਰੋਂ ਨਹੀਂ ਨਿਕਲਦਾ ਤੇ ਇਹ ਅੱਜ ਜਿਹੜੇ ਆਏ ਨੇ ਇਹ ਮਰਜੀਵੜੇ ਨੇ ਸਾਡੇ ਇਹਨਾਂ ਦੇ ਕਰਕੇ ਫੇਰ ਕਾਂਗਰਸ ਜਿਹੜੀ ਅੱਜ ਖੜੀ ਕਰ ਦਿੱਤੇ ਤੁਸੀਂ ਫਰੀਦਕੋਟ ਦੇ